ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ। ਸੰਤਾਂ ਦੇ ਬਚਨਾਂ ਦੀ ਬਰਕਤ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ, ਜਿਨ੍ਹਾਂ ਦੇ ਬਚਨ ਅਟਲ ਸੱਚ ਹੋਏ ਸਨ। ਭਾਈ ਗੁਰਪ੍ਰੀਤ ਸਿੰਘ ਜੀ ਚੰਡੀਗੜ੍ਹ ਵਾਲੇ, ਸ਼ਾਇਦ ਉਹਨਾਂ ਦੀ ਵੀਡੀਓ ਤੁਸੀਂ ਸੁਣੀ ਹੋਵੇਗੀ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ। ਸੋ ਆਪਾਂ ਜ਼ਰੂਰ ਇਸ ਗੱਲ 'ਤੇ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਵੀ ਕਿਸ ਤਰ੍ਹਾਂ ਜਿਹੜੀ ਹੈ ਨਾਮ ਦੀ ਕਮਾਈ ਕਰਨ ਵਾਲਿਆਂ ਦੇ ਸ਼ਬਦਾਂ ਦੇ ਵਿੱਚ, ਬਚਨਾਂ ਦੇ ਵਿੱਚ ਤਾਕਤ ਆ ਜਾਂਦੀ ਹੈ। ਪਹਿਲਾਂ ਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ, ਜਿਨ੍ਹਾਂ ਦੇ ਬਾਰੇ ਬਹੁਤ ਜ਼ਿਆਦਾ ਸੁਣਿਆ, ਆਖਰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਸ਼ਬਦ ਦੀ ਕਮਾਈ ਕੀਤੀ, ਸੋ ਪਿਆਰਿਓ ਉਹਨਾਂ ਦੇ ਬਚਨ ਅਟਲ ਸੱਚ ਕਿਉਂ ਨਹੀਂ ਹੋਣਗੇ? ਜਿਹੜੇ ਰੱਬ ਦੇ ਪਿਆਰੇ ਹੋ ਗਏ, ਜਿਹੜੇ ਪਰਮਾਤਮਾ ਦੇ ਪਿਆਰੇ ਹੋ ਗਏ, ਸੰਤ ਜਨਾ ਮਿਲ ਹਰ ਜਸ ਗਾਇਓ, ਜਿਨ੍ਹਾਂ ਨੇ ਪਰਮਾਤਮਾ ਦੇ ਜਸ ਨੂੰ ਗਾਇਆ, ਪਰਮਾਤਮਾ ਦੀ ਸਿਫਤ ਨੂੰ ਗਾਇਆ, ਅਤੇ ਪਿਆਰਿਓ ਉਹਨਾਂ ਦੇ ਸ਼ਬਦ ਜਿਹੜੇ ਨੇ ਸੱਚ ਕਿਉਂ ਨਹੀਂ ਹੋਣਗੇ? ਥੋੜ੍ਹੀ ਜਿਹੀ ਇੱਕ ਬੇਨਤੀ ਕਰਦੇ ਹਾਂ ਬਾਬਾ ਜਰਨੈਲ ਸਿੰਘ ਜੀ ਬਾਰੇ। ਦੇਖੋ, ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ, ਬਾਣੀ ਦੇ ਨਾਲ ਜੁੜੇ ਅਤੇ ਹੋਰਾਂ ਨੂੰ ਵੀ ਜੋੜਿਆ, ਜੋ ਆਪ ਜਪੈ ਅਵਰਹਿ ਨਾਮ ਜਪਾਵੈ, ਜਿਨ੍ਹਾਂ ਦੀ ਇਹ ਅਵਸਥਾ ਸੀ, ਆਪਣੇ ਨਾਲ ਨਹੀਂ ਜੋੜਿਆ, ਜਿਨ੍ਹਾਂ ਨੇ ਪਰਮਾਤਮਾ ਨਾਲ, ਅਕਾਲ ਪੁਰਖ ਨਾਲ ਜੋੜਿਆ, ਆਪਣੀ ਡਿਊਟੀ ਸਮਝੀ ਵੀ ਅਕਾਲ ਪੁਰਖ ਨੇ ਸਾਡੀ ਡਿਊਟੀ ਲਾਈ ਹੈ ਵੀ ਸੰਗਤ ਨੂੰ ਉਸ ਅਕਾਲ ਪੁਰਖ ਨਾਲ ਜੋੜਨਾ ਹੈ, ਆਪਣੇ ਆਪ ਨਾਲ ਨਹੀਂ, ਅਕਾਲ ਪੁਰਖ ਨਾਲ, ਉਹਦੇ ਨਾਮ ਨਾਲ ਜੋੜਨਾ। ਬਹੁਤੀ ਦੂਰ ਨਾ ਜਾਵਾਂ, 40 ਕੁ ਸਾਲ 42 ਕੁ ਸਾਲ ਜੇ ਆਪਾਂ ਪਿੱਛੇ ਵੇਖੀਏ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੁੰਦੇ ਸਨ। ਜਪ ਤਪ ਇੰਨਾ ਸੀ, ਗੁਰਬਾਣੀ ਦਾ ਨਿਤਨੇਮ ਇੰਨਾ ਸੀ, ਪਾਠ ਦਾ ਸੰਜਮ ਇੰਨਾ ਸੀ, ਕਹਿੰਦੇ ਨੇ ਹਰ ਕੋਈ ਬੰਦਾ ਉਹਨਾਂ ਦੇ ਨਾਲ ਗੱਲ ਨਹੀਂ ਸੀ ਕਰ ਸਕਦਾ, ਅੱਖਾਂ ਵਿੱਚ ਅੱਖਾਂ ਨਹੀਂ ਸੀ ਪਾ ਸਕਦਾ, ਅਤੇ ਚਿਹਰੇ ਦੇ ਉੱਤੇ ਨਿਗਾਹ ਬਹੁਤੀ ਦੇਰ ਨਹੀਂ ਸੀ ਟਿਕਾ ਸਕਦਾ। ਇਹ ਕੀ ਸੀ? ਇਹ ਬਾਣੀ ਦਾ ਪ੍ਰਤਾਪ ਸੀ, ਇਹ ਗੁਰੂ ਦੀ ਬਾਣੀ ਦੀ ਐਸੀ ਕਿਰਪਾ ਸੀ ਉਹਨਾਂ 'ਤੇ ਪਿਆਰਿਓ, ਜਿਹਦੇ ਨਾਲ ਉਹ ਖੁੱਲ੍ਹ ਕੇ ਇੱਕ ਵਾਰੀ ਵਿਚਾਰ ਕਰ ਲੈਂਦੇ ਸੀ, ਕਹਿੰਦੇ ਉਹ ਬੰਦਾ ਫਿਰ ਉਹਨਾਂ ਦਾ ਹੀ ਹੋ ਜਾਂਦਾ ਸੀ। ਉਹ ਕਹਿੰਦਾ ਸੀ ਮੈਂ ਅੰਮ੍ਰਿਤ ਛਕਣਾ, ਮੈਂ ਤਾਂ ਫਿਰ ਤੁਹਾਡਾ ਹੀ ਬਣ ਕੇ ਰਹਿਣਾ, ਮੈਂ ਗੁਰੂ ਦਾ ਸਿੱਖ ਬਣਨਾ ਹੈ। ਕਹਿੰਦੇ ਇਹੋ ਜਿਹਾ ਨਹੀਂ ਸੀ ਹੁੰਦਾ ਵੀ ਉਹ ਬੰਦਾ ਕਿਤੇ ਟਲ ਜਾਂਦਾ ਸੀ, ਟਲਦਾ ਨਹੀਂ ਸੀ, ਉਹ ਬੰਦਾ ਫਿਰ ਉੱਥੋਂ ਹੀ ਰਹਿ ਜਾਂਦਾ, ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਰਹਿਣਾ, ਭਾਵ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿਓ ਜੀ, ਮੈਂ ਤਾਂ ਹੁਣ ਅੰਮ੍ਰਿਤ ਛਕਣਾ। ਇਹੋ ਜਿਹੀ ਕਿਰਪਾ ਸੀ। ਬਾਬਾ ਆਤਰ ਸਿੰਘ ਜੀ ਮਹਾਂਪੁਰਖਾਂ ਦੇ ਵੱਲ ਨਹੀਂ ਸੀ ਤੱਕਿਆ ਜਾਂਦਾ, ਮਸਤੂਣਾ ਸਾਹਿਬ ਵਾਲੇ, ਉਹਨਾਂ ਦਾ ਚਿਹਰਾ ਬਹੁਤ ਜ਼ਿਆਦਾ ਦਗਦਗ ਕਰਦਾ ਸੀ, ਇਹੋ ਜਿਹੀ ਰੌਣਕ ਸੀ ਉਹਨਾਂ ਦੇ ਚਿਹਰੇ 'ਤੇ। ਹੋਰ ਬੜੇ ਮਹਾਂਪੁਰਸ਼ ਹੋਏ, ਸੰਤ ਮਹਾਂਪੁਰਸ਼ ਹੋਏ ਪਿਆਰਿਓ, ਜਿਨ੍ਹਾਂ 'ਤੇ ਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਨ੍ਹਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਿਆਰਿਓ, ਉਹਨਾਂ ਦੇ ਚਿਹਰੇ ਦਗਦਗ ਹੋ ਗਏ। ਮੈਂ ਬੇਨਤੀ ਕਰਕੇ ਧਿਆਨ ਦਵਾਵਾਂ, ਉਹਨਾਂ ਦੇ ਬਚਨਾਂ ਦੇ ਵਿੱਚ ਵੀ ਫਿਰ ਬਰਕਤ ਆ ਜਾਂਦੀ ਹੈ, ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ, ਜਿਹੜੇ ਪੂਰਨ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੇ। ਉਹ ਜਿਹੜਾ ਪਰਮਾਤਮਾ ਆਪ ਪੂਰਾ ਹੈ, ਜਿਹੜਾ ਉਹਦੇ ਬਚਨਾਂ ਨਾਲ ਜੁੜ ਗਿਆ ਪਿਆਰੇ, ਉਹ ਵੀ ਪੂਰਾ ਹੋ ਜਾਂਦਾ, ਉਹ ਘੱਟ ਵੱਧ ਉਹਦੇ ਵਿੱਚ ਕੁਝ ਨਹੀਂ ਰਹਿੰਦਾ, ਅਤੇ ਨਾ ਪਾਤਸ਼ਾਹ ਉਹਦੇ ਵਿੱਚ ਕੋਈ ਘਾਟ ਵਾਧ ਹੋਣ ਦਿੰਦੇ ਆ, ਇਹ ਗੱਲ ਯਾਦ ਰੱਖਿਓ। ਬੇਨਤੀ ਕਰਕੇ ਧਿਆਨ ਦਵਾਵਾਂ, ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ ਕਹਿੰਦੇ ਨੇ ਕਿਸੇ ਗੁਰਸਿੱਖ ਪਿਆਰੇ ਦੇ ਢਿੱਡ ਦੇ ਵਿੱਚ ਦਰਦ ਨਹੀਂ ਸੀ ਹਟ ਰਿਹਾ, ਦਰਦ ਬੜਾ ਰਹਿੰਦਾ ਸੀ, 30-32 ਸਾਲ ਦੀ ਉਮਰ ਸੀ, ਕੋਈ ਜ਼ਿਆਦਾ ਉਮਰ ਨਹੀਂ ਸੀ, ਪੀੜਤ ਸੀ।
ਦਰਦ ਤੋਂ ਬਹੁਤ ਜ਼ਿਆਦਾ ਪੀੜਤ ਸੀ ਅਤੇ ਕਈ ਵਾਰੀ ਤਾਂ ਇਹੋ ਜਿਹੇ ਹਾਲਾਤ ਹੋ ਜਾਂਦੇ ਸੀ, ਆਪੋਂ ਬਾਹਰ ਹੋ ਜਾਂਦਾ ਸੀ, ਆਪਾ ਬਾਹਰ ਹੋ ਜਾਂਦਾ ਸੀ। ਮਨ ਕਰਦਾ ਸੀ ਵੀ ਪਰਮਾਤਮਾ ਮੈਨੂੰ ਚੱਕ ਲਏ, ਮੇਰੀ ਮੁਕਤੀ ਕਰ ਦੇ ਤਾਂ ਵਧੀਆ ਹੋਏਗਾ। ਮੈਂ ਇਹੋ ਜਿਹੀ ਜ਼ਿੰਦਗੀ ਤੋਂ ਕੀ ਕਰਾਵਣਾ ਹੈ, ਮੈਂ ਕੀ ਲੈਣਾ ਇਹੋ ਜਿਹੀ ਜ਼ਿੰਦਗੀ ਤੋਂ। ਮਨ ਇਹ ਕਰਦਾ ਸੀ ਵੀ ਬਸ ਮੈਂ ਖਤਮ ਕਰ ਲਾਂ ਆਪਣੇ ਆਪ ਨੂੰ, ਇੰਨਾ ਪੀੜ ਸੀ। ਮਹਾਂਪੁਰਸ਼ ਕਹਿੰਦੇ ਇੱਕ ਦਿਨ ਬਿਨਾਂ ਦੱਸੇ ਹੀ ਘਰ ਚਲੇ ਗਏ। ਘਰ ਜਾ ਕੇ ਕਹਿੰਦੇ ਨੇ ਗੁਰਮੁਖਾ ਕਿੱਥੇ ਆ, ਆਵਾਜ਼ ਦਿੱਤੀ। ਕਹਿੰਦੇ ਘਰ ਦੇ ਕਹਿੰਦੇ ਆ ਜੀ ਉਹ ਹੋਸਪਿਟਲ ਦਾਖਲ ਹੈ ਜੀ, ਅਤੇ ਢਿੱਡ ਦੇ ਵਿੱਚ ਦਰਦ ਬੜਾ ਰਹਿੰਦਾ, ਦਰਦ ਹਟ ਹੀ ਨਹੀਂ ਰਿਹਾ। ਸਾਧੂ ਬੋਲੇ ਸਹਿਜ ਸੁਭਾਏ, ਅਤੇ ਜਦੋਂ ਕਹਿੰਦੇ ਨੇ ਮਹਾਂਪੁਰਖਾਂ ਨੇ ਬਚਨ ਕੀਤੇ ਕਿ ਭਾਈ ਦਰਦ ਨਹੀਂ ਹਟਦਾ, ਜਾਂ ਉਹਨੂੰ ਕਹਿ ਦੇ ਵੀ ਨਾਮ ਸਿਮਰਨ ਦਾ ਪੱਲਾ ਨਾ ਛੱਡੇ, ਗੁਰੂ ਦਾ ਪੱਲਾ ਨਾ ਛੱਡੇ, ਗੁਰੂ ਘਰ ਜਾਣਾ ਨਾ ਛੱਡੇ। ਕਹਿੰਦੇ ਜਾ ਦਰਦ ਦਰਦ ਦਾ ਕਹਿੰਦੇ ਪਤਾ ਵੀ ਨਹੀਂ ਲੱਗਣਾ ਕਿੱਧਰ ਗਿਆ ਸੂ, ਪਤਾ ਹੀ ਨਹੀਂ ਲੱਗਣਾ। ਕਹਿੰਦੇ ਨੇ ਉਹ ਦਿਨ ਗਿਆ ਅਤੇ ਆਹ ਦਿਨ ਆਇਆ, ਅਤੇ ਉਹ ਪਰਿਵਾਰ ਦੇ ਜੀਆਂ ਨੇ ਖੁਦ ਦੱਸਿਆ, ਅਤੇ ਜਿਹੜੇ ਬੰਦੇ ਨਾਲ ਇਹ ਵਾਕਿਆਤ ਵਾਪਰਿਆ ਸੀ, 32 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਹੋਇਆ। ਕਹਿੰਦੇ ਅੱਜ 70-71 ਸਾਲ ਦੀ ਉਮਰ ਹੋ ਗਈ, ਗੋਡੇ ਦੁਖੇ, ਮੋਢਾ ਦੁਖਿਆ, ਪਰ ਕਦੇ ਢਿੱਡ ਨਹੀਂ ਦੁਖਿਆ, ਢਿੱਡ ਦੇ ਵਿੱਚ ਪੀੜਾ ਹੋਈ ਉਹ ਨਹੀਂ। ਡਾਕਟਰ ਵੀ ਹੈਰਾਨ ਹੋ ਗਏ ਵੀ ਆਖਰ ਬੰਦਾ ਠੀਕ ਕਿਵੇਂ ਹੋਇਆ, ਇਹ ਕੋਈ ਚਮਤਕਾਰ ਹੀ ਵਾਪਰਿਆ ਹੈ, ਚਮਤਕਾਰ ਹੀ ਹੋਇਆ ਇਹਦੇ ਨਾਲ। ਤੇ ਕਹਿੰਦੇ ਡਾਕਟਰ ਵੀ ਹੈਰਾਨ ਨੇ, ਇੰਨੇ ਸਾਲ ਹੋ ਗਏ, 30-35 ਸਾਲ ਦਾ ਜਿਹੜਾ ਗੇੜ ਬਣ ਗਿਆ, ਪਰ ਕਦੇ ਢਿੱਡ ਨਹੀਂ ਦੁਖਿਆ ਜੀ, ਢਿੱਡ 'ਚ ਦਰਦ ਨਹੀਂ ਹੋਇਆ। ਇਹੋ ਜਿਹੇ ਮਹਾਂਪੁਰਖਾਂ ਦੇ ਬਚਨ ਨੇ, ਇਹੋ ਜਿਹੀ ਕਿਰਪਾ, ਐਸੀ ਰਹਿਮਤ ਰਹੀ ਪਿਆਰਿਓ ਕਿ ਢਿੱਡ ਨਹੀਂ ਦੁਖਿਆ, ਢਿੱਡ ਦੇ ਵਿੱਚ ਦਰਦ ਤੱਕ ਨਹੀਂ ਹੋਇਆ, ਢਿੱਡ ਦੇ ਵਿੱਚ ਪੀੜਾ ਤੱਕ ਜਿਹੜੀ ਹੈ ਉਹ ਨਹੀਂ ਉੱਠੀ। ਇਹ ਹੈ ਸ਼ਬਦ ਦੀ ਤਾਕਤ, ਇਹ ਹੈ ਗੁਰੂ ਦੀ ਤਾਕਤ, ਇਹ ਹੈ ਰਹਿਮਤ ਪਿਆਰਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਪਿਆਰਿਓ। ਇਹ ਗੱਲ ਯਾਦ ਰੱਖਿਓ ਵੀ ਗੁਰੂ ਨੇ ਐਸੀ ਕਿਰਪਾ ਕੀਤੀ, ਐਸੀ ਮਿਹਰ ਕੀਤੀ। ਸਾਧ ਸੰਗਤ ਜਿਨ੍ਹਾਂ 'ਤੇ ਫਿਰ ਕਿਰਪਾ ਹੋ ਜਾਏ, ਜਿਨ੍ਹਾਂ 'ਤੇ ਮਿਹਰ ਹੋ ਜਾਏ, ਉਹਨਾਂ ਦੇ ਉੱਤੇ ਸਤਿਗੁਰੂ ਮਿਹਰਬਾਨ ਹੋ ਜਾਂਦੇ ਨੇ, ਦਿਆਲਤਾ ਕਰ ਦਿੰਦੇ ਨੇ ਪਿਆਰਿਓ, ਫਿਰ ਐਸੀ ਕਿਰਪਾ ਉਹਨਾਂ 'ਤੇ ਵਰਤਦੀ ਹੈ, ਐਸੀ ਮਿਹਰ ਉਹਨਾਂ 'ਤੇ ਵਰਤਦੀ ਹੈ ਪਿਆਰਿਓ। ਯਾਦ ਰੱਖਿਓ, ਕਿਉਂਕਿ ਪਰਮਾਤਮਾ ਦੇ ਦਰੋਂ ਵਰਸਾਏ ਹੋਏ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ ਪਿਆਰਿਓ, ਉਹਨਾਂ ਦੇ ਬਚਨਾਂ ਦੇ ਵਿੱਚ ਐਸੀ ਤਾਕਤ ਹੁੰਦੀ ਹੈ, ਐਸੀ ਸਮਰੱਥਾ ਹੁੰਦੀ ਹੈ ਪਿਆਰਿਓ, ਫਿਰ ਉਹ ਜਿਹੜੀ ਸਮਰੱਥਾ ਹੈ ਨਾ ਉਹ ਇੱਕ ਵੱਖਰੀ ਬਣ ਜਾਂਦੀ ਹੈ। ਉਹ ਪਰਮਾਤਮਾ 'ਤੇ ਨਿਸ਼ਚਲ ਭਰੋਸਾ ਉਹਨਾਂ ਦਾ ਹੈ, ਉਹ ਬਚਨ ਕਰਦੇ ਨੇ ਸਹਿਜ ਸੁਭਾਏ, ਪਰ ਪਿਆਰਿਓ ਗੱਲ ਯਾਦ ਰੱਖਿਓ ਵੀ ਪਰਮਾਤਮਾ ਨੂੰ ਵੀ ਮੰਨਣੇ ਪੈ ਜਾਂਦੇ ਆ, ਸਹਿਜ ਸੁਭਾਏ ਉਹਨਾਂ ਦੀ ਰਸਨਾ 'ਤੇ ਬਹਿ ਕੇ ਜੇ ਰੱਬ ਆਪ ਹੀ ਬਚਨ ਕਰਾਵੇ ਤਾਂ ਫਿਰ ਤਾਂ ਬਾਰੇ ਨਿਆਰੇ ਨੇ ਪਿਆਰਿਓ। ਜੇ ਕਿਤੇ ਊਂ ਵੀ ਸਹਿਜ ਸੁਭਾਏ ਕੋਈ ਗੱਲ ਨਿਕਲ ਜੇ ਤਾਂ ਉਹ ਵੀ ਜਿਹੜੀ ਆ ਪੂਰਨ ਹੋ ਜਾਂਦੀ ਹੈ। ਹਾਂ, ਉਹਨਾਂ ਦੀ ਜਿਹੜੇ ਪ੍ਰੋਪਰ ਪਰਮਾਤਮਾ ਨਾਲ ਜੁੜੇ ਹੋਏ ਨੇ, ਇਹ ਨਹੀਂ ਹੈਗਾ ਵੀ ਜਿਹੜੇ ਪਖੰਡੀ ਨੇ ਜਿਹੜੇ ਕਹਿੰਦੇ ਆ ਵੀ ਸਾਡੇ 'ਚ ਹੀ ਰੱਬ ਹੈ ਜੀ ਸਾਨੂੰ ਮੰਨੋ ਜੀ, ਇਹ ਨਹੀਂ। ਜਿਹੜੇ ਕਹਿੰਦੇ ਭਾਈ ਸਾਡੇ ਚਰਨਾਂ ਨੂੰ ਮੱਥਾ ਨਾ ਟੇਕੋ, ਉਹ ਰੱਬ ਬੈਠਾ, ਪਰਮਾਤਮਾ ਬੈਠਾ, ਉਹਨੂੰ ਮੱਥਾ ਟੇਕੋ ਜਾ ਕੇ। ਅਸੀਂ ਤਾਂ ਆਪ ਉਹ ਤੋਂ ਮੰਗਦੇ ਹਾਂ ਭਾਈ ਸਾਧੂ, ਸਾਡੇ ਤੋਂ ਕੀ ਮੰਗਦੇ ਹਾਂ। ਇਹ ਨਹੀਂ ਜਿਵੇਂ ਅੱਜ ਵਾਲੇ ਬਾਬੇ ਨੇ ਸ਼ਰੇਆਮ ਗਾਲਾਂ ਕੱਢਦੇ ਨੇ, ਹੁੱਕਾ ਤੰਬਾਕੂ ਚੂਸਦੇ ਨੇ ਅਤੇ ਆਪਣੇ ਆਪ ਨੂੰ ਰੱਬ ਕਹਾਉਂਦੇ ਨੇ। ਰੱਬ ਇਹੋ ਜਿਹਾ ਹੁੰਦਾ?
ਰੱਬ ਇਹੋ ਜਿਹਾ ਹੁੰਦਾ ਤੁਸੀਂ ਆਪ ਸੋਚੋ। ਰੱਬ ਉਹ ਅਕਾਲ ਪੁਰਖ ਹੈ ਜਿਹਦਾ ਕਿਸੇ ਨਾਲ ਵੈਰ ਨਹੀਂ, ਜਿਹੜਾ ਗੰਦ ਨਹੀਂ ਬੋਲਦਾ, ਅਤੇ ਗੱਲ ਯਾਦ ਰੱਖਿਓ, ਜਿਹੜਾ ਆਪਣੇ ਨਾਲ ਨਹੀਂ ਜੋੜਦਾ, ਜਿਹੜਾ ਅਕਾਲ ਪੁਰਖ ਨਾਲ ਸਿੱਧਾ ਜੋੜਦਾ, ਜਿਹੜਾ ਸਮਝਦਾ ਮੇਰੀ ਤਾਂ ਡਿਊਟੀ ਲੱਗੀ ਹੈ, ਮੈਂ ਤਾਂ ਆਪ ਅੱਜ ਹਾਂ ਕੱਲ੍ਹ ਹੈ ਪਤਾ ਨਹੀਂ ਨਾ, ਸਾਹ ਆਵੇ ਕਿ ਨਾ ਆਵੇ ਰਾਮ, ਕੀ ਪਤਾ ਮੈਨੂੰ ਸਾਹ ਆਵੇ ਨਾ ਆਵੇ, ਮੈਂ ਤਾਂ ਆਪ ਤੁਹਾਡੇ ਵਰਗਾ ਭਾਈ। ਅਕਾਲ ਪੁਰਖ ਨਾਲ ਜੁੜੋ, ਜਿਹੜਾ ਦੇਹਾਂ ਨਾਲ ਨਹੀਂ, ਜਿਹੜਾ ਉਸ ਅਕਾਲ ਪੁਰਖ ਨਾਲ ਜੁੜੇ, ਉਹ ਹੈ ਮਹਾਂਪੁਰਸ਼। ਇਹ ਗੱਲ ਯਾਦ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।